ਕੈਂਡੀਡੇਟ ਜਿਹੜੇ ਪੀਐਸਟੈਟ ਦਾ ਫਾਰਮ ਫਿਲ ਕਰ ਰਹੇ ਨੇ ਉਹਨਾਂ ਨੂੰ ਸਮੱਸਿਆ ਆ ਰਹੀ ਹੈ অপਸ਼ਨ ਲੈਂਡ ਵਿੱਚ ਮਿਨਿਮਮ ਐਜੂਕੇਸ਼ਨਲ ਕੁਆਲੀਫਿਕੇਸ਼ਨ ਪੇਪਰ 2 ਦੇ ਲਈ অপਸ਼ਨ ਜਿਹੜੀਆਂ ਆਉਂਦੀਆਂ ਨੇ ਫਾਰਮ ਤੇ ਡਿਸਪਲੇ ਆਉਂਦੀਆਂ ਨੇ ਤੁਸੀਂ ਡਾਊਨ ਡਰੋਪ ਇੱਥੇ ਕਲਿੱਕ ਕਰਦੇ ਹੋ ਇਹ অপਸ਼ਨ ਆਉਂਦੀਆਂ ਨੇ ਪਹਿਲੀ অপਸ਼ਨ ਹੈ ਬੀਏ ਬੀਐਸਸੀ 2 ਇਅਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਬਾਏ ਵਟ ਏਵਰ ਨੇਮ ਨੋਨ ਦੋ ਤਰ੍ਹਾਂ ਦੇ ਡਿਪਲੋਮੇ ਜਿਹੜੇ ਪਹਿਲਾਂ ਈਟੀਟੀ ਨਾਲ ਇਹਨੂੰ ਜਾਣਿਆ ਜਾਂਦਾ ਸੀ ਉਸ ਤੋਂ ਪਹਿਲਾਂ ਜੀਬੀਟੀਸੀ ਲੇਕਿਨ ਈਟੀਟੀ ਤੇ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਇਹ ਹੋ ਗਿਆ ਡੀ ਫਾਰ ਡਿਪਲੋਮਾ ਫਿਰ ਐਲੀਮੈਂਟਰੀ ਐਜੂਕੇਸ਼ਨ ਸੋ ਇਹਨਾਂ ਦਾ ਇਹ ਪਹਿਲਾ ਆਪਸ਼ਨ ਬਣਦਾ ਹੈ ਦੂਸਰਾ ਆਪਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪ੍ਰੋਬਲਮ ਜਿਹੜੀ ਆ ਰਹੀ ਹੈ ਉਹ ਜਿਹੜੇ ਬੀ ਐਡ 2015 ਤੋਂ ਜਿਹੜੀ ਹੋਈ ਹੈ 2 ਸਾਲ ਦੀ ਹੋ ਗਈ ਹੈ ਉਹ ਆਪਸ਼ਨ ਇਹਦੇ ਵਿੱਚ ਨਹੀਂ ਹੀ ਹੈ ਉਸ ਤੋਂ ਪਹਿਲਾਂ 1 ਸਾਲ ਦੀ ਉਹ ਆਪਸ਼ਨ ਹੈ ਇਹਦੇ ਵਿੱਚ ਉਹ ਆਪਸ਼ਨ ਕਿਹੜੀ ਹੈ ਬੀ ਏ ਬੀ ਐਸ ਸੀ ਵਿਦ ਐਟ ਲੀਸਟ 50% ਮਾਰਕਸ 1 ਈਅਰ ਇੱਥੇ ਇਹ ਗਲਤੀ ਹੈ 1 ਈਅਰ ਦੀ ਇਸ ਨੂੰ ਤੁਸੀਂ ਆਰਾਮ ਨਾਲ ਜਿਨ੍ਹਾਂ ਨੇ 1 ਸਾਲ ਦੀ ਕੀਤੀ ਹੈ ਉਹ ਵੀ ਇਸੇ ਨੂੰ ਸੈਕੰਡ ਨੂੰ ਕਲਿੱਕ ਕਰਨਗੇ ਜਿਨ੍ਹਾਂ ਨੇ 2 ਸਾਲ ਦੀ ਕੀਤੀ ਹੈ ਉਹ ਵੀ ਇਸੇ ਨੂੰ ਕਲਿੱਕ ਕਰਨਗੇ ਜਿਹੜੇ ਬੀ ਕਾਮ ਨੇ ਹੈ ਨਾ ਜਾਂ ਕੋਈ ਬੀ ਟੈਕ ਹੈ ਬੀਬੀਏ ਹੈ ਜਿਹੜੇ ਟਜੀਟੀ ਲਈ ਐਲੀਜੀਬਲ ਬਣ ਗਏ ਨੇ ਹੈ ਨਾ ਉਹਨਾਂ ਦੇ ਕੰਪਲੈਕਸ ਕੇਸ ਨੇ ਉਹ ਵੀ ਇਸੇ ਨੂੰ ਟਿਕ ਕਰਨਗੇ ਤੇ ਕਿਉਂਕਿ ਸਰਟੀਫਿਕੇਟ 'ਚ ਡਿਟੇਲ ਨਹੀਂ ਹੁੰਦੀਆਂ ਤੁਸੀਂ ਆਰਾਮ ਨਾਲ ਪੇਪਰ ਦੇ ਸਕਦੇ ਹੋ ਸੋ ਇੱਥੇ ਰੁਕਣ ਦੀ ਕੋਈ ਗੱਲ ਨਹੀਂ ਹੈ ਘਬਰਾਣ ਦੀ ਟੈਨਸ਼ਨ ਲੈਣ ਦੀ ਨਹੀਂ ਹੈ ਤਿਆਰੀ ਤੇ ਜ਼ੋਰ ਦੇਣਾ ਹੈ ਨੈਕਸਟ ਹੈ ਬੀਏ ਬੀএসসি ਵਿਦ ਐਟ ਲੀਸਟ 20 uh, 45 ਪਰਸੈਂਟ ਮਾਰਕਸ ਹੈ ਹੈਨਾ ਬਾਕੀ ਸਭ ਕੁਝ ਸੇਮ ਹੈ ਇਨ ਅਕੋਰਡੈਂਸ ਵਿਦ ਐਨਸੀਟੀ ਰਿਕਗਨੀਸ਼ਨ ਨੋਰਮਸ ਹੈ ਸੋ ਕੇਵਰੀ ਰਿਜ਼ਰਵੇਸ਼ਨ ਕੈਟਾਗਰੀ ਨੂੰ 5% ਦੀ ਛੂਟ ਹੁੰਦੀ ਹੈ ਉਹਦੇ ਲਈ অপਸ਼ਨ ਇਹ ਬਣ ਰਹੀ ਹੈ ਸੋ ਉਹ ਕੈਟਾਗਰੀ ਜਿਹੜੀਆਂ ਨੇ ਉਹ ਇਹ ਆਪਟ ਕਰ ਸਕਦੀਆਂ ਨੇ ਬਾਕੀ ਸਭ ਕੁਝ ਸੇਮ ਹੈ ਸੀਨੀਅਰ ਸੈਕੰਡਰੀ ਹੁਣ ਪਲੱਸ 2 ਹੈ ਔਰ ਇਕੁਇਲੈਂਟ ਵਿਦ ਐਟ ਲੀਸਟ ਹੁਣ ਜਿਹੜੀ 10ਵੀਂ ਤੱਕ ਪੜਾਉਣ ਲਈ ਸੈਕੰਡਰੀ ਹੈਨਰੀ ਟੀਚਰ ਲੱਗਣ ਦੀ ਕੁਆਲਿਫੀਕੇਸ਼ਨ ਤਾਂ ਬੀਏ ਬੀਐਸਸੀ ਹੈ ਜਾਂ ਗ੍ਰੈਜੂਏਸ਼ਨ ਹੈ ਇਥੇ ਪਲੱਸ 2 ਹੈ ਪਰ ਇਹ ਉਹਨਾਂ ਲਈ ਹੈ ਜਿਹੜੇ ਇੰਟੀਗ੍ਰੇਟਿਡ ਆਈਟੈਪ ਦੇ ਕੋਰਸ ਚੱਲ ਰਹੇ ਨੇ ਵਿਦ ਐਟ ਲੀਸਟ 50% ਮਾਰਕਸ 4 ਇਅਰ ਬੈਚਲਰ ਆਫ ਐਲੀਮੈਂਟਰੀ ਐਜੂਕੇਸ਼ਨ ਯਾਦ ਰੱਖਣਾ ਡੀਐਲਐਡ ਵੀ ਹੈ ਬੀਐਲਐਡ ਵੀ ਹੈ ਬੀਐਲਐਡ ਬੈਚਲਰ ਆਫ ਹਨਾ ਬਣ ਜਾਂਦੀ ਹੈ ਉਹ ਵੀ ਸੈਕੰਡ ਪੇਪਰ ਭਰ ਸਕਦੇ ਨੇ ਅੱਗੇ ਹੈ ਪਲੱਸ 2 ਔਰ ਇਟਸ ਇਕੁਇਲੈਂਟ ਵਿਦ ਐਟ ਲੀਸਟ 50% ਮਾਰਕਸ ਐਂਡ 4 ਇਅਰ ਬੀਏ ਬੀਐਸਸੀ ਬੀਐਡ ਹਨਾ ਜੇ ਇਹ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਇੰਟੀਗ੍ਰੇਟਰ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਉਹਦੇ ਵਿੱਚ ਤੁਸੀਂ ਆਪਟ ਕਰ ਸਕਦੇ ਹੋ ਐਲੀਮੈਂਟਰੀ ਵੀ ਚੂਜ਼ ਕਰ ਸਕਦੇ ਹੋ ਕਿ ਮੈਂ ਪੰਜਵੀਂ ਤੱਕ ਲਈ ਐਲੀਜੀਬਲ ਬੰਨਾ ਹੈ ਦੂਸਰਾ ਕਿ ਮੈਂ 10th ਤੱਕ ਲਈ ਐਲੀਜੀਬਲ ਬੰਨਾ ਹੈ ਜਾਂ ਮਾਸਟਰ ਡਿਗਰੀ ਹੈ ਤਾਂ ਪਲੱਸ 2 ਲਈ ਕਰਨਾ ਹੈ ਸੋ ਇਹ ਬੇਝਿਖ ਹੋ ਕੇ ਤੁਸੀਂ ਇਹ ਆਪਸ਼ਨ ਕਰ ਸਕਦੇ ਹੋ ਜੇ ਫਿਰ ਵੀ ਕੋਈ ਪ੍ਰੋਬਲਮ ਹੈ ਤਾਂ ਕਮੈਂਟ ਕਰ ਸਕਦੇ ਹੋ ਡਾਕਟਰ ਤੀਰਸਿੰਘ ਲਰਨ ਟੂ ਐਕਚੁਅਲਾਈਜ਼ ਥੈਂਕ ਯੂ